ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋ ਆਰੋਪੀਆਂ ਨੂੰ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਫੋਕਲ ਪੁਆਇੰਟ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਗੁਆਂਢ ਵਿੱਚ ਇੱਕ ਔਰਤ ਰਹਿੰਦੀ ਸੀ, ਜਿਸ ਦੇ ਘਰ ਵਿੱਚ ਹਰਮਨ ਨਾਂ ਦਾ ਇੱਕ ਲੜਕਾ ਆਉਂਦਾ ਸੀ। ਔਰਤ ਨੇ ਪੀੜਤ ਲੜਕੀ ਨੂੰ ਕਿਹਾ ਕਿ ਹਰਮਨ ਪੈਸੇ ਵਾਲਾ ਲੜਕਾ ਹੈ, ਤੂੰ ਇਸ ਨਾਲ ਦੋਸਤੀ ਕਰ ਲਾ। ਜਿਸ ਤੋਂ ਬਾਅਦ ਹਰਮਨ ਅਤੇ ਪੀੜਤ ਲੜਕੀ ਦੀ ਦੋਸਤੀ ਹੋ ਗਈ, ਜਿਸ ਤੋਂ ਬਾਅਦ ਹਰਮਨ ਪੀੜਤ ਲੜਕੀ ਨੂੰ ਮਿਸਯੂਜ ਕਰਨ ਲੱਗਾ, ਜਿਸ ਤੋਂ ਬਾਅਦ ਪੀੜਤ ਲੜਕੀ ਨੇ ਹਰਮਨ ਤੇ ਆਰੋਪ ਲਗਾਇਆ ਕਿ ਹਰਮਨ 15 ਤਰੀਕ ਨੂੰ ਉਸਦੇ ਘਰੇ ਆਇਆ ਅਤੇ ਉਹ ਬਾਥਰੂਮ ਵਿੱਚ ਸੀ ਅਤੇ ਹਰਮਨ ਨੇ ਉਸ ਨਾਲ ਜ਼ਬਰਦਸਤੀ ਕੀਤੀ। ਇਸ ਦੌਰਾਨ ਪੀੜਤ ਲੜਕੀ ਦੀ ਨਾਨੀ ਨੇ ਹਰਮਨ ਨੂੰ ਦੇਖ ਲਿਆ ਅਤੇ ਡਰ ਦੀ ਮਾਰੀ ਪੀੜਤ ਲੜਕੀ ਆਪਣੇ ਘਰੋਂ ਚਲੀ ਗਈ, ਜਿਸ ਤੋਂ ਬਾਅਦ ਪੀੜਤ ਲੜਕੀ ਨੂੰ ਕੌਣ ਆਪਣੇ ਘਰੇ ਲੈ ਗਿਆ ਅਤੇ ਉਸ ਨਾਲ ਉੱਥੇ ਕਿਸ ਕਿਸ ਨੇ ਕੀ ਕੀਤਾ, ਆਓ ਸੁਣਦੇ ਹਾਂ ਪੁਲਿਸ ਅਧਿਕਾਰੀ ਦੀ ਜ਼ੁਬਾਨੀ। ਇਹਦੇ ਵਿੱਚ ਸਾਨੂੰ ਕੱਲ ਸ਼ਿਵਾਂਗੀ ਨਾਮ ਦੀ ਲੜਕੀ ਨੇ ਸਾਨੂੰ ਸਟੇਟਮੈਂਟ ਕਰਾਈ ਸੀਗੀ ਕਿ ਉਸ ਦੇ ਗੁਆਂਢ 'ਚ ਇੱਕ ਸ਼ੋਭਾ ਨਾਮ ਦੀ ਔਰਤ ਰਹਿੰਦੀ ਸੀ, ਜਿਹਦੇ ਕੋਲ ਅਕਸਰ ਹਰਮਨ ਨਾਮ ਦਾ ਲੜਕਾ ਆਉਂਦੇ ਹਨ। ਸ਼ੋਭਾ ਨਾਮ ਦੀ ਜਿਹੜੀ ਸ਼ੋਭਾ ਨੇ ਇਹਨੂੰ ਲੜਕੀ ਨੂੰ ਸ਼ਿਵਾਂਗੀ ਨੂੰ ਕਿਹਾ ਵੀ ਇਹ ਪੈਸੇ ਪੂਸੇ ਵਾਲਾ ਜਿਹੜਾ ਹਰਮਨ ਹੈ ਵੀ ਉਹਦੇ ਨਾਲ ਤੋਂ ਦੋਸਤੀ ਕਰ ਲੈ। ਉਹ ਤੋਂ ਬਾਅਦ ਇਹਨਾਂ ਦੀ ਹਰਮਨ ਅਤੇ ਆਪਣੇ ਦੀ ਸ਼ਿਵਾਂਗੀ ਦੇ ਆਪਸ ਵਿੱਚ ਹੀ ਦੋਸਤੀ ਹੋ ਗਈ, ਜਿਸ ਤੋਂ ਬਾਅਦ ਜਿਹੜਾ ਉਹਨੂੰ ਲੜਕੀ ਨੂੰ ਜਿਹੜਾ ਉਹਨੂੰ ਮਹਿਸੂਸ ਕਰਨ ਲੱਗ ਗਿਆ। ਮਿਤੀ 15 ਨੂੰ ਉਹਨੇ ਫਿਰ ਐਲੀਗੇਸ਼ਨ ਲਾਇਆ ਲੜਕੀ ਨੇ ਵੀ ਜਿਹੜਾ ਹਰਮਨ ਹੈ ਉਹਦੇ ਘਰੇ ਆਇਆ, ਘਰੇ ਆ ਕੇ ਉਹ ਬਾਥਰੂਮ 'ਚ ਸੀਗੀ, ਉਹਦੇ ਨਾਲ ਉਹਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਦੀ ਨਾਨੀ ਕਿਤੇ ਉਹਨੇ ਦੇਖ ਲਿਆ, ਉਹ ਫਿਰ ਉੱਥੋਂ ਭੱਜ ਗਿਆ। ਜਦੋਂ ਭੱਜਿਆ ਤਾਂ ਲੜਕੀ ਨੂੰ ਇਹ ਲੱਗਿਆ ਵੀ ਹੁਣ ਮੇਰੇ ਘਰ ਦੇ ਮੇਰੀ ਬਦਨਾਮੀ ਹੋਊਗੀ, ਮੇਰੀ ਮਤਲਬ ਮੈਨੂੰ ਕੁੱਟਮਾਰ ਕਰਨਗੇ। ਉਹ ਵੀ ਉੱਥੋਂ ਘਰੋਂ ਚਲੇ ਗਈ 15 ਦੀ ਰਾਤ ਨੂੰ। ਜਦੋਂ ਬਾਹਰ ਗਈ ਤਾਂ ਬਾਹਰ ਜਾ ਕੇ ਦੇਖਿਆ ਉਹਨੂੰ ਜਿਹੜਾ ਹਰਮਨ ਆਪਣੇ ਉਹਦੇ ਲਵੇ ਪਾਰਕ ਦੇ ਲਵੇ ਮਿਲਿਆ, ਉਹਨੂੰ ਕਹਿੰਦਾ ਵੀ ਮੈਂ ਇੱਥੇ ਤੋਂ 10 ਮਿੰਟ ਤੱਕ ਆਇਆ ਵੀ ਤੁਸੀਂ, ਮੈਂ ਤੁਹਾਨੂੰ ਆ ਕੇ ਲੈ ਜਾਂਦਾ। ਲੜਕੀ ਡਰਦੀ ਮਾਰੀ ਉੱਥੇ ਖੜੀ ਰਹੀ, ਪਰ ਉਹ ਉੱਥੇ ਤਕਰੀਬਨ ਘੰਟਾ ਡੇਢ ਘੰਟਾ 2 ਘੰਟੇ ਉਹਨੇ ਵੇਟ ਕੀਤਾ, ਪਰ ਉੱਥੇ ਲੜਕਾ ਜਿਹੜਾ ਹਰਮਨ ਆ ਉਹਦੇ ਕੋਲ ਨਹੀਂ ਪਹੁੰਚਿਆ। ਲੜਕੀ ਰੋਣ ਲੱਗ ਗਈ ਤਾਂ ਉੱਥੇ ਉਹਨੂੰ ਇੱਕ ਦੀਪ ਨਾਮ ਦਾ ਲੜਕਾ ਮਿਲਿਆ। ਦੀਪ ਨਾਮ ਦਾ ਜਿਹੜਾ ਲੜਕਾ ਮਿਲਿਆ ਉਹ ਪ੍ਰਵਾਸੀ ਸੀਗਾ, ਉਹ ਵੀ ਉਹਨੂੰ ਹੌਸਲਾ ਦੇਣ ਲੱਗਿਆ ਵੀ ਕੀ ਗੱਲ ਹੋਈ ਹੈ। ਉਹ ਕਹਿੰਦੀ ਮੈਂ ਘਰੋਂ ਡਰਦੀ ਮਾਰੀ ਆਈ ਹਾਂ, ਮੈਂ ਘਰੇ ਨਹੀਂ ਵਾਪਸ ਜਾਣਾ, ਮੇਰੇ ਘਰ ਦੇ ਕੁੱਟਮਾਰ ਕਰਨਗੇ। ਉਹ ਕਹਿੰਦਾ ਕੋਈ ਗੱਲ ਨਹੀਂ, ਤੈਨੂੰ ਮੈਂ ਪ੍ਰੋਟੈਕਸ਼ਨ ਦਿੰਦਾ, ਤੂੰ ਮੇਰੇ ਕੋਲ ਰਹਿਣ ਲੱਗ ਗਿਆ, ਰਹਿ ਜਾ ਕੇ। ਉਹ ਉੱਥੋਂ ਲੈ ਗਿਆ, ਉੱਥੇ ਲਿਜਾ ਕੇ ਉਹਨੇ ਆਪਣਾ ਜਿਹੜਾ ਦੋਸਤ ਹੀ ਖੋਜ ਕੇ ਸੂਰਜ ਦੇ ਕੁਆਟਰ 'ਤੇ ਲੈ ਗਿਆ। ਸੂਰਜ ਲੇਬਰ ਦਾ ਕੰਮ ਕਰਦਾ, ਉਹ ਕਿਤੇ ਕੁਆਟਰ 'ਤੇ ਬਾਹਰ ਗਿਆ ਸੀਗਾ। ਇਹਨੇ ਸਾਰੇ ਰਾਤ ਉੱਥੇ ਲੜਕੀ ਨੂੰ ਉਹਦੇ ਆਪਣੇ ਸੂਰਜ ਦੇ ਘਰੇ ਰੱਖਿਆ ਕਮਰੇ ਦੇ ਵਿੱਚ, ਉੱਥੇ ਉਹਨਾਂ ਗਲਤ ਰਿਲੇਸ਼ਨ ਬਣਾਏ। ਜਦੋਂ ਸਵੇਰੇ ਹੋਈ ਤਾਂ ਸੂਰਜ ਜਿਹੜਾ ਕੰਮ ਤੋਂ ਵਾਪਸ ਆਇਆ, ਜਿਹੜਾ ਦੀਪ ਹੈ ਉਹ ਵਾਪਸ ਆਪਦੇ ਕੰਮ 'ਤੇ ਕਿਤੇ ਚਲਾ ਗਿਆ, ਤਾਂ ਸੂਰਜ ਘਰ ਦੁਬਾਰਾ ਕਮਰੇ 'ਚ ਆ ਗਿਆ। ਜਦੋਂ ਕਮਰੇ 'ਚ ਆਇਆ ਤਾਂ ਉਹਨੇ ਵੀ ਉਹੀ ਹਰਕਤ ਕੀਤੀ ਜਿਹੜੇ ਲੜਕੀ ਦੇ ਨਾਲ, ਉਹੀ ਉਹਨੇ ਰਿਲੇਸ਼ਨ ਬਣਾਏ, ਮਤਲਬ ਫਿਜ਼ੀਕਲ ਰਿਲੇਸ਼ਨ ਬਣਾਏ। ਉਸ ਤੋਂ ਬਾਅਦ ਤਕਰੀਬਨ ਤਿੰਨ ਦਿਨ ਦੇ ਕਰੀਬ ਉਹ ਸੂਰਜ ਦੇ ਘਰ ਰਹੀ। ਅਖੀਰ ਉਹ ਆਪਣੇ ਵੀਰਵਾਰ ਨੂੰ ਉਹ ਜਦੋਂ ਵਾਪਸ ਆਈ ਤਾਂ ਇਹ ਲੜਕੀ ਨੂੰ ਉਹਦੇ ਰਿਸ਼ਤੇਦਾਰ ਕੋਈ, ਜਦੋਂ ਉਹਦੇ ਸੂਰਜ ਤੋਂ ਘਰੋਂ ਬਾਹਰ ਮੇਨ ਮਾਰਕੀਟ 'ਚ ਬਾਹਰ ਆਈ ਤਾਂ ਜਿਹੜਾ ਇਹਦੀ ਸ਼ਿਵਾਂਗੀ ਦਾ ਜਿਹੜਾ ਰਿਸ਼ਤੇਦਾਰ ਸੀਗਾ ਉਹਨੇ ਉਹਨੂੰ ਦੇਖਿਆ ਤਾਂ ਉਹਨੂੰ ਫੜ ਕੇ ਆਪਦੇ ਘਰੇ ਛੱਡਿਆ ਆ। ਜਦੋਂ ਛੱਡਿਆ ਆ ਤਾਂ ਉਹ ਤੋਂ ਬਾਅਦ ਉਹਨੇ ਆਪਦੀ ਮਦਰ ਨੂੰ ਸਾਰੀ ਗੱਲ ਦੱਸੀ। ਉਹ ਤੋਂ ਬਾਅਦ ਫਿਰ ਸਾਡੇ ਤੱਕ ਉਹਨੇ ਕੰਪਲੇਂਟ ਲਿਖਾਈ ਕੱਲ੍ਹ ਆ ਕੇ, ਉਹਦੇ ਆਧਾਰ 'ਤੇ ਅਸੀਂ ਮੁਕੱਦਮਾ ਜਿਹੜਾ 376 4 ਪੋਸਕੋ ਐਕਟ ਦਾ ਦਰਜ ਕਰ ਲਿਆ। ਉਹਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਅਸੀਂ ਆਪਣੇ ਦੀਪ ਅਤੇ ਸੂਰਜ ਨੂੰ ਗ੍ਰਿਫਤਾਰ ਕਰ ਲਿਆ। ਬਾਕੀ ਤਫਤੀਸ਼ ਜਾਰੀ ਹੈ, ਬਾਕੀ ਦੋਸ਼ੀ ਨੂੰ ਜਲਦੀ ਸੱਚਾਈ ਦੇ ਆਧਾਰ 'ਤੇ ਗ੍ਰਿਫਤਾਰ ਕਰਕੇ। ਹਾਂਜੀ, ਇਹ ਉਹ ਰੋਪੀ ਉਸੇ ਢਰਾਲੀਕੋਟ ਦੇ ਏਰੀਏ 'ਚ ਫੜੇ ਗਏ ਨੇ। ਬਾਕੀ ਅਸੀਂ ਬਾਕੀ ਤਫਤੀਸ਼ ਚੱਲ ਰਹੀ ਹੈ ਵੀ ਹੋਰ ਕਿਸੇ ਦਾ ਰੋਲ ਹੋਇਆ ਤਾਂ ਉਹ ਵੀ ਅਸੀਂ ਮਤਲਬ ਬੰਦੀ ਕਰ ਲਈ। ਨਹੀਂ, ਅੱਜ ਤੱਕ ਕੱਲ੍ਹ ਪੇਸ਼ ਕਰਨਾ ਜਿਹੜੀ ਗ੍ਰਿਫਤਾਰੀਆਂ ਜ਼ਰੂਰੀ ਹੈ।
ਤੇ ਆਪਣੇ ਨੂੰ ਕੋਚ ਕਰ ਲਿਆ। ਇਹ ਬਦਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ। ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।